ਸੁੱਚਾ ਸਿੰਘ ਛੋਟੇਪੁਰ ਮੁਤਾਬਕ ਪੰਜਾਬ ਵਿੱਚ ਬਣੇਗਾ ਤੀਜਾ ਬਦਲ। ਕਿਹਾ ਆਪ ਹਾਈਕਮਾਨ ਦੀ ਮਾੜੀ ਸੋਚ ਦਾ ਭਗਵੰਤ ਮਾਨ ਦੇ ਰਹੇ ਨੇ ਸਾਥ। ਗੁਰਦਾਸਪੁਰ ਵਿੱਚ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵੱਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਛੋਟੇਪੁਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੀ ਸੇਵਾ ਤਨਦੇਹੀ ਨਾਲ ਨਿਭਾਈ ਗਈ ਸੀ, ਪਰ ਪਾਰਟੀ ਹਾਈਕਮਾਨ ਵੱਲੋਂ ਉਹਨਾਂ ਦੀ ਮਿਹਨਤ ਦਾ ਮੁੱਲ ਉਹਨਾਂ ਨੂੰ ਗਲਤ ਤਰੀਕੇ ਨਾਲ ਅਪਮਾਨਿਤ ਕਰਕੇ ਮੋੜਿਆ ਗਿਆ। ਹੋਈ ਹੈ ਇਹਦੇ ਤੋਂ ਸਾਫ ਜਾਪਦਾ ਕਿ ਲੋਕਾਂ 'ਚ ਬਹੁਤ ਉਤਸ਼ਾਹ ਆ, ਲੋਕ ਤੀਜਾ ਬਦਲ ਜਿਹੜਾ ਪੰਜਾਬ 'ਚ ਚਾਹੁੰਦੇ ਆ। ਜੋ ਕੜੀ ਘੋਲੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ, ਉਹਦੇ ਤੋਂ ਸਾਫ ਜ਼ਾਹਰ ਆ ਕਿ ਜੇ ਖੇਤ ਨੂੰ ਵਾੜ ਹੀ ਖਾਣ ਲੱਗ ਜਾਵੇ ਤਾਂ ਉਸ ਪਾਰਟੀ ਦਾ ਬਣਨਾ ਕੀ ਸੀ। ਜਿਸ ਪਾਰਟੀ ਦਾ ਮੁਖੀ ਜਿਹੜਾ ਉਹਨੇ ਇੱਕ ਬੰਦਾ ਰੱਖਿਆ ਹੋਇਆ ਜਿਹਨੂੰ ਅੰਡਰਸਟੈਂਡਿੰਗ ਨਾਲ ਭੇਜਦਾ ਅਤੇ ਸਾਰਿਆਂ ਨੂੰ ਡੈਮੇਜ ਕਰਕੇ ਸਾਰੀ ਪਾਰਟੀ ਨੂੰ ਹੌਲੀ ਹੌਲੀ ਉਹਨਾਂ ਨੇ ਬਖੇੜ ਦਿੱਤਾ। ਪਾਰਟੀ ਦੇ ਵਿੱਚ ਕੋਈ ਚੰਗਾ ਬੰਦਾ ਰਹਿਣ ਨਹੀਂ ਦਿੱਤਾ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਲਾਈਕ ਮਾਈਂਡਡ ਬੰਦੇ ਆ, ਚੰਗੇ ਬੰਦੇ ਆ, ਉਹਨਾਂ ਸਾਰਿਆਂ ਦੀ ਮੀਟਿੰਗ ਕਰਾਂਗੇ, ਉਹਨਾਂ ਨੂੰ ਇਕੱਠਿਆਂ ਕਰਕੇ ਪੰਜਾਬ ਦੇ ਵਿੱਚ ਇੱਕ ਤੀਜਾ ਬਦਲ ਜਿਹੜਾ ਉਹ ਬਣਾਉਣ ਦਾ ਸਾਡਾ ਪੂਰਾ ਉਪਰਾਲਾ ਹੈ। ਤੁਸੀਂ ਬਾਕੀ ਪਾਰਟੀਆਂ ਨੂੰ ਪੁੱਛਿਆ ਕਿ ਮੈਂ ਹਰ ਪਾਰਟੀ ਦਾ ਸਤਿਕਾਰ ਕਰਦਾ ਜਿਹੜਾ ਬੰਦਾ ਸੱਚ ਬੋਲਦਾ, ਜਿਹੜਾ ਬੰਦਾ ਲੋਕਾਂ ਦੇ ਵਿੱਚ ਜਾਂਦਾ, ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲਾ, ਅਸੀਂ ਸਭ ਦਾ ਸਤਿਕਾਰ ਕਰਾਂਗੇ। ਹਾਂ, ਜੇ ਕੋਈ ਗੱਲ ਪਾਰਟੀ ਬਣਾਉਣਗੇ, ਕੋਈ ਜੁਦਾ ਹੋਣਗੇ, ਉਹਨਾਂ ਦੀ MLA-ship ਦਾ ਕੋਈ ਸਾਰੀ ਕਹਾਣੀ ਕਲੀਅਰ ਹੋਊਗੀ ਕਿ ਉਹ ਛੱਡ ਕੇ ਕਰਦੇ ਆ ਜਾਂ ਕਿਸ ਤਰ੍ਹਾਂ ਕਰਦੇ ਆ। ਸਾਰੇ ਐਕਸਪੈਕਟ ਦੇਖ ਕੇ, ਸਾਰਿਆਂ ਨੂੰ ਨਾਲ ਲੈ ਕੇ, ਇਕੱਲੇ ਖਹਿਰਾ ਸਾਹਿਬ ਨਹੀਂ, ਸਭ ਨੂੰ ਨਾਲ ਲੈ ਕੇ ਅਸੀਂ ਨਾ ਉਹਨਾਂ ਨੂੰ ਸ਼ਾਮਿਲ ਕਰਨਾ, ਨਾ ਅਸਾਂ ਕਿਸੇ 'ਚ ਸ਼ਾਮਿਲ ਹੋਣਾ, ਅਸੀਂ ਸਾਰਿਆਂ ਨੇ ਇਕੱਠੇ ਹੋਣਾ।